ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਹੌਲੀ ਹੌਲੀ ਉਹ ਬੁੜਾਪੇ ਵਾਲਾ ਆ ਗਿਆ ਕਰਵਾਲੀ ਅਕਾਲ ਚਲਾ ਨੇ ਕਰਗੀ ਜਦੋਂ ਕਰਵਾਲੀ ਅਕਾਲ ਚਲਾ ਨੇ ਕਰਗੀ ਤੇ ਉਹਨੇ ਆਪਣੇ ਮਿੱਤਰਾਂ ਦੇ ਨਾਲ ਗੁਰੂ ਘਰ ਜਾਇਆ ਕਰਨਾ ਤੁਰਿਆ ਕਰਨਾ ਉਹਨਾਂ ਦੇ ਨਾਲ ਟੈਲੀਆ ਕਰਨਾ ਉਹਨਾਂ ਦੇ ਨਾਲ ਪਰ ਉਹਨੇ ਆਪਣੇ ਮੂੰਹੋਂ ਇੱਕ ਗੱਲ ਰੋਜ਼ ਕਿਹਾ ਕਰਨੀ ਹੈ ਪਰਮਾਤਮਾ ਮੈਨੂੰ ਤੀਜੀ ਰੋਟੀ ਹੀ ਦੇ ਉਦੇ ਜਿਹੜੇ ਨਾਲ ਦੇ ਸਾਥੀ ਸਨ ਉਹਨਾਂ ਕਿਹਾ ਕਰਨਾ ਵੀ ਕੀ ਗੱਲ ਨੂੰ ਤਿੰਨ ਰੋਟੀਆਂ ਤੋਂ ਉੱਤੋਂ ਜ਼ਿਆਦੀ ਰੋਟੀ ਨਹੀਂ ਦਿੰਦੀ ਜਾਂ ਨੂੰ ਤੈਨੂੰ ਸਿਰਫ ਤਿੰਨ ਰੋਟੀਆਂ ਕਹਿ ਕੇ ਉਸ ਤੋਂ ਉੱਪਰ ਕਹਿ ਦਿੰਦੀ ਵੀ ਹੋਰ ਨਹੀਂ ਮਿਲੀ ਐਵੇਂ ਕਹਿ ਕੇ ਉਸ ਦਾ ਮਜ਼ਾਕ ਉਡਾਇਆ ਕਰਦੇ ਪਰ ਅਗੋਂ ਮਨੁੱਖ ਕੁਝ ਨਾ ਕਿਹਾ ਕਰਦੇ ਕਿੰਦਾ ਸਮਾਂ ਆਉਣ ਦਾ ਵਕਤ ਆਉਣ ਦਾ ਫਿਰ ਦੱਸਾਂਗਾ ਵੀ ਇਹ ਕੀ ਤੀਜੀ ਰੋਟੀ ਕੀ ਐਵੇਂ ਸਮਾਂ ਚੱਲਦਾ ਗਿਆ ਇੱਕ ਦਿਨ ਜਦੋਂ ਆਪਣੇ ਦੋਸਤਾਂ ਨੂੰ ਮਿਲਣ ਆਇਆ ਤਾਂ ਦੇਖਦਾ ਸਾਰੇ ਜਿਹੜੇ ਚੁੱਪ ਹੋ ਕੇ ਬੈਠੇ ਨੇ ਅਤੇ ਮੂੰਹ ਲਟਕਿਆ ਹੋਇਆ ਉਨੇ ਪੁੱਛਿਆ ਵੀ ਕੀ ਗੱਲ ਹੈ ਤੁਸੀਂ ਇੰਨੇ ਚੁੱਪ ਹੋ ਕੇ ਕਿਉਂ ਬੈਠੇ ਹੋ ਤਾਂ ਗੋ ਕਹਿੰਦੇ ਵੀ ਇਹ ਦੇ ਕਰ ਦੇਣਾ ਅੱਜ ਇਹਨੂੰ વૃਧਾ ਆਸ਼ਰਮ ਛੱਡਣ ਚੱਲੇ ਨੇ ਇਹ ਗੱਲ ਸੁਣ ਕੇ ਉਹ ਵੀ ਹੈਰਾਨ ਹੋ ਗਿਆ ਉਹ ਕਹਿੰਦਾ ਤੁਸੀਂ ਹਮੇਸ਼ਾ ਮੈਨੂੰ ਪੁੱਛਦੇ ਹੋ ਵੀ ਮੈਂ ਇਸ ਪ੍ਰਮਾਤਮਾ ਤੋਂ ਤਿੰਨ ਰੋਟੀਆਂ ਮੰਗਣਾ ਤੀਜੀ ਰੋਟੀ ਮੰਗਣਾ ਅੱਜ ਮੈਂ ਤੁਹਾਨੂੰ ਉਹਦਾ ਸਾਰੀ ਗੱਲ ਦੱਸਦਾ ਕਹਿੰਦੇ ਦੱਸੋ ਕਹਿੰਦਾ ਜ਼ਿੰਦਗੀ 'ਚ ਨਾ ਚਾਰ ਤਰ੍ਹਾਂ ਦੀਆਂ ਰੋਟੀਆਂ ਹੁੰਦੀਆਂ ਨੇ ਸਭ ਤੋਂ ਪਹਿਲੀ ਰੋਟੀ ਹੁੰਦੀ ਹੈ ਮਾਂ ਦੇ ਹੱਥ ਦੀ ਮਾਂ ਦੇ ਹੱਥ ਦੀ ਰੋਟੀ ਵਿੱਚ ਮਮਤਾ ਪਿਆਰ ਤੇ ਸਨੇਹ ਨਾਲ ਭਰੀ ਹੁੰਦੀ ਜਿਸ ਨਾਲ ਢਿੱਡ ਤਾਂ ਭਰਦਾ ਪਰ ਮਨ ਕਦੇ ਨਹੀਂ ਭਰਦਾ ਦੂਜੀ ਰੋਟੀ ਹੁੰਦੀ ਹੈ ਆਪਣੀ ਘਰ ਵਾਲੀ ਦੇ ਹੱਥ ਦੀ ਰੋਟੀ ਜਿਸ ਤੇ ਵਿੱਚ ਆਪਣਾਪਣ ਤੇ ਸਮਰਪਣ ਦੀ ਭਾਵਨਾ ਹੁੰਦੀ ਜਿਸ ਦੇ ਨਾਲ ਢਿੱਡ ਤੇ ਮਨ ਦੋਵੇਂ ਭਰ ਜਾਂਦੇ ਤੀਜੀ ਰੋਟੀ ਹੁੰਦੀ ਹੈ ਨੌ ਦੇ ਹੱਥ ਦੀ ਰੋਟੀ ਜੋ ਜ਼ਿੰਮੇਵਾਰੀ ਤੇ ਕਰਤੱਵ ਦੇ ਨਾਲ ਭਰੀ ਹੁੰਦੀ ਜਿਸ ਦੇ ਵਿੱਚ ਕੁਝ ਸਵਾਦ ਵੀ ਹੁੰਦਾ ਜੋ ਢਿੱਡ ਵੀ ਭਰ ਦਿੰਦੀ ਜੋ ਮਾੜੇ ਸਮੇਂ ਠੋਕਰਾਂ ਤੋਂ ਵੀ ਬਚਾਉਂਦੀ ਜਦੋਂ ਇਹ ਗੱਲ ਕਹੀ ਤਾਂ ਉਹਦੇ ਜਿੰਨੇ ਉੱਥੇ ਦੋਸਤ ਬੈਠੇ ਸਨ ਜਿਵੇਂ ਉਹਨਾਂ ਨੂੰ ਬੁੜਾਪੇ ਵਿੱਚ ਕੋਈ ਅਨੋਖਾ ਗਿਆਨ ਮਿਲ ਗਿਆ ਹੋਵੇ ਉਹਦੀ ਗੱਲਾਂ ਸੁਣ ਕੇ ਉਹ ਕਹਿੰਦੇ ਤੂੰ ਜ਼ਿੰਦਗੀ ਦੀ ਬੜੀ ਸੋਹਣੀ ਸਾਨੂੰ ਬਾ ਕਮਾਲ ਸਿੱਖ ਦਿੱਤੀ ਅੱਜ ਤੋਂ ਸਾਨੂੰ ਬੜੀ ਸੋਹਣੀ ਸਿੱਖਿਆ ਦਿੱਤੀ ਕਹਿੰਦੇ ਅੱਛਾ ਫਿਰ ਇਹ ਗੱਲ ਦਾ ਚੌਥੀ ਰੋਟੀ ਕਿਹੜੀ ਉਹ ਕਹਿੰਦੇ ਚੌਥੀ ਰੋਟੀ ਹੁੰਦੀ ਹੈ ਨੌਕਰਾਂ ਦੇ ਹੱਥਾਂ ਦੀ ਨਾ ਤਾਂ ਮਣ ਭਰਦਾ ਨਾ ਢਿੱਡ ਭਰਦਾ ਨਾ ਹੀ ਕੋਈ ਸਵਾਦ ਦੀ ਇਹਦੇ ਵਿੱਚ ਲਾਜ਼ਮੀ ਐ ਵੀ ਸਵਾਦ ਹੋਏਗਾ ਪਰ ਖਾਣੀ ਤਾਂ ਵੀ ਪੈਂਦੀ ਤਾਂ ਕਿਹਾ ਤੂੰ ਤਾਂ ਰੱਬ ਤੋਂ ਤੀਸਰੀ ਰੋਟੀ ਮੰਗਦਾ ਸੀ ਕਹਿੰਦੇ ਹਾਂ ਮੈਂ ਤਾਂ ਰੱਬ ਤੋਂ ਰੋਜ਼ ਤੀਸਰੀ ਰੋਟੀ ਮੰਗਦਾ ਸੀ ਕਹਿੰਦੇ ਅੱਛਾ ਫਿਰ ਇੱਕ ਗੱਲ ਦੱਸ ਹੁਣ ਸਾਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੇਕਰ ਚੁੰਦੇ ਹੋ ਬੜਾਪਾ ਸੌਖਾ ਲੰਗੇ ਤਾਂ ਸਾਰੇ ਜਣੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਾਂ ਨੂੰ ਹਮੇਸ਼ਾ ਸਤਿਕਾਰ ਦੋ ਪਤਨੀ ਨੂੰ ਹਮੇਸ਼ਾ ਚੰਗੇ ਸਾਥੀ ਬਣਾ ਕੇ ਆਪਣਾ ਦੋਸਤ ਬਣਾ ਕੇ ਹਮ ਰਾਜ ਬਣਾਓ ਤੀਸਰੀ ਗੱਲ ਨੂੰ ਨੂੰ ਤੀ ਸਮਝੋ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਨਜ਼ਰ ਅੰਦਾਜ਼ ਕਰ ਦਵੋ ਨੂੰ ਖੁਸ਼ ਰਹੇਗੀ ਤਾਂ ਪੁੱਤ ਵੀ ਤੁਹਾਡਾ ਸੋਣਾ ਧਿਆਨ ਰੱਖੇਗਾ ਤੁਹਾਡੇ ਅੱਗੇ ਪਿੱਛੇ ਫਿਰਨਗੇ ਤੁਹਾਡੀ ਹਰ ਇੱਕ ਗੱਲ ਮੰਨਣਗੇ ਚੌਥੀ ਜੇਕਰ ਫਿਰ ਵੀ ਹਾਲਾਤ ਤੁਹਾਨੂੰ ਚੌਥੀ ਰੋਟੀ ਤੱਕ ਲੈ ਆਉਣ ਤਾਂ ਪਰਮਾਤਮਾ ਦਾ ਤਾਂ ਵੀ ਸ਼ੁਕਰ ਕਰੋ ਤੁਹਾਨੂੰ ਉਹਨਾਂ ਖਾਨ ਨੂੰ ਤਾਂ ਕੁਝ ਦਿੱਤਾ ਹੋਇਆ ਹੈ ਸਵਾਦ ਵੱਲ ਧਿਆਨ ਨਾ ਦਿਓ ਜਿੰਦਾ ਰਹਿਣ ਲਿਖਾ ਤਾਂ ਕਿ ਆਰਾਮ ਨਾਲ ਬੁਢਾਪਾ ਨਿਕਲ ਜਾਵੇ ਮੈਂ ਹਮੇਸ਼ਾ ਪਰਮਾਤਮਾ ਤੋਂ ਤੀਸਰੀ ਰੋਟੀ ਮੰਗਦਾ ਸੀ ਤੇ ਬੁੜਾਪੇ ਸਮੇਂ ਸਭ ਨੂੰ ਤੀਸਰੀ ਰੋਟੀ ਹੀ ਮੰਗਣੀ ਚਾਹੀਦੀ ਹੈ ਜੋ ਕਰਤਵ ਦੇ ਨਾਲ ਤੇ ਸਵਾਦ ਦੇ ਨਾਲ ਭਰਪੂਰ ਹੁੰਦੀ ਹੈ ਢਿੱਡ ਵੀ ਭਰਦੀ ਹੈ ਤੇ ਕਦੇ ਘਰ ਤੋਂ ਬੇਕਰਨੀ ਹੋਣਾ ਪੈਂਦਾ ਛੋਟੀਆਂ-ਛੋਟੀਆਂ ਗੱਲਾਂ ਜੇਕਰ ਤੁਸੀਂ ਨਜ਼ਰਅੰਦਾਜ਼ ਕਰੋਗੇ ਤਾਂ ਉਹ ਵੀ ਤੁਹਾਡੇ ਵਿੱਚੋਂ ਆਪਣਾ ਪਿਓ ਹੀ ਪਾਲੇਗੀ ਤੁਸੀਂ ਉਹਨੂੰ ਜਿੰਨਾ ਸਤਕਾਰ ਦਿਵੋਗੇ ਉਹਨਾਂ ਉਹ ਤੁਹਾਡਾ ਸਤਕਾਰ ਕਰੇਗੀ ਇਸ ਲਈ ਜਿੰਦਗੀ ਦੀਆਂ ਚਾਰ ਰੋਟੀਆਂ ਸਾਰੇ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਪਰ ਹਮੇਸ਼ਾ ਪਰਮਾਤਮਾ ਤੋਂ ਇਹੀ ਮੰਗਿਆ ਕਰੋ ਕਿ ਬੁੜਾਪੇ ਵਿੱਚ ਤੀਸਰੀ ਰੋਟੀ ਹੀ ਮਿਲੇ ਇਹ ਤੀਸਰੀ ਰੋਟੀ ਤੁਹਾਡੀ ਜੀਵਨ ਸੁਧਾਰ ਦਵੇਗੀ ਨਾ ਤਾਂ ਤੁਹਾਨੂੰ ਠੋਕਰਾਂ ਕਾਣੀਆਂ ਪੈਣਗੀਆਂ ਤੇ țeḍ bhi parega ਤੇ ਹਰ ਪੱਖੋਂ ਸੰਪੰਨ ਵੀ ਰਹੋਗੇ ਇਸ ਲਈ ਜੋ ਵੀ ਆਪਣੇ ਬੁੜਾਪੇ ਨੂੰ ਸੋਹਣਾ ਬਣਾਉਣਾ ਚਾਹੁੰਦਾ ਹੈ ਉਹ ਪਰਮਾਤਮਾ ਤੋਂ ਤੀਸਰੀ ਰੋਟੀ ਹੀ ਮੰਗਿਆ ਕਰੋ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਹੁੰਦਾ ਹੈ ਉਹ ਰਾਜਾ ਕੀ ਕਰਦਾ ਹੈ ਉਹ ਕਿਸੇ ਗੱਲ ਤੋਂ ਪੂਰੇ ਸੰਤਾਂ ਫਕੀਰਾਂ ਨਾਲ ਬੜਾ ਜਿਆਦਾ ਖਫਾ ਹੋ ਜਾਂਦਾ ਹੈ ਆਪਣੀ ਸਾਰੀ ਰਾਜ ਦੇ ਵਿੱਚ ਐਲਾਨ ਕਰ ਦਿੰਦਾ ਹੈ ਕਿ ਕੋਈ ਵੀ ਅਗਰ ਮੈਨੂੰ ਕਿਸੇ ਸੰਤ ਫਕੀਰ ਨੂੰ ਰੋਟੀ ਦਿੰਦੇ ਨਜ਼ਰ ਆ ਗਿਆ ਤਾਂ ਮੈਂ ਉਹਨੂੰ ਉਹਦੇ ਜੋ ਹੱਥ ਨੇ ਨਾ ਉਹ ਅਲੱਗ ਕਰਵਾ ਦਾਂਗਾ ਹੁਣ ਕੀ ਸੀ ਇਹ ਗੱਲ ਸੁਣ ਲਈ ਜਿੰਨੇ ਜਣੇ ਨਗਰ ਦੇ ਵਿੱਚ ਸਨ ਉਹ ਸਾਰੇ ਕੋਈ ਸੰਤ ਫਕੀਰ ਹੁੰਦਾ ਤੇ ਛੇਤੀ ਛੇਤੀ ਦੇਖ ਕੇ ਬੁਹਾ ਟੋਲੇ ਨੇ ਰਾਜੇ ਦਾ ਖੌਫ ਹੀ ਇੰਨਾ ਸੀ ਵੀ ਜੇ ਕੁਝ ਦੇ ਦਿੱਤਾ ਤੇ ਰਾਜੇ ਨੇ ਤਾਂ ਸਾਡੇ ਹੱਥ ਕਲਮ ਕਰਵਾ ਦੇਣੇ ਹੁਣ ਇੱਕ ਦਿਨ ਕੀ ਹੋਇਆ ਨਗਰ ਦੇ ਬਾਹਰ ਪਿੰਡ ਦੇ ਬਾਹਰ ਇੱਕ ਨਾ ਕਲੀ ਬੀਬੀ ਰਹਾ ਕਰਦੀ ਸੀ ਉਹ ਬੀਬੀ ਦੇ ਕੋਲ ਇੱਕ ਸੰਤ ਜੀ ਆਗੇ ਉਹ ਕਹਿੰਦੇ ਵੀ ਮੈਂ ਨਾ ਬੜੇ ਦਿਨਾਂ ਤੋਂ ਭੁੱਖਾ ਮੈਨੂੰ ਕੁਝ ਖਾਣ ਨੂੰ ਦੇ ਦੇ ਇਹ ਫਕੀਰ ਦੀ ਝੋਲੀ ਕੁਝ ਪਾ ਦੇ ਉਹ ਕਹਿੰਦੀ بابا ਮੇਰੀ ਗੱਲ ਸੁਣ ਇਹ ਰਾਜ ਦੇ ਰਾਜੇ ਨੇ ਕਿਹਾ ਕਿਸੇ ਨੂੰ ਕੁਝ ਨਹੀਂ ਦੇਣਾ ਸੰਤਾ ਫਕੀਰਾਂ ਨੂੰ ਜੇ ਮੈਂ ਤੈਨੂੰ ਦਿੱਤਾ ਮੈਂ ਕੱਲੀ ਜਣੀ ਰਹਿਣੀ ਆ ਮੇਰੇ ਹੱਥ ਕਲਮ ਕਰਤੇ ਦਸ ਮੇਰਾ ਕੀ ਬਣੇਗਾ ਉਹ ਕਹਿੰਦਾ ਕਿ ਤੂੰ ਮੇਰੇ ਤੇ ਤਰਸ ਕਰ ਪਰਮਾਤਮਾ ਤੇਰੇ ਤੇ ਇੰਨੀ ਮਿਹਰ ਕਰੇਗਾ ਤੂੰ ਜੋ ਮੰਗੇਗੀ ਮਿਲੇਗਾ ਉਹਦੀ ਹਾਲਤ ਦੇਖ ਕੇ ਤਰਸ ਕਰਕੇ ਉਹਨੇ ਫਕੀਰ ਨੂੰ ਚਾਰ ਰੋਟੀਆਂ ਦੇ ਦਿੱਤੀਆਂ ਜਦੋਂ ਰੋਟੀਆਂ ਦਿੱਤੀਆਂ ਫਕੀਰ ਉਥੋਂ ਰੋਟੀਆਂ ਖਾ ਕੇ ਤੇ ਚਲਾ ਗਿਆ ਹੁਣ ਇਹ ਗੱਲ ਹੌਲੀ-ਹੌਲੀ ਪਿੰਡ ਵਿੱਚ ਪਤਾ ਲੱਗੀ ਪਿੰਡ ਤੋਂ ਪਤਾ ਲੱਗੀ ਤੇ ਰਾਜੇ ਤੱਕ ਪਹੁੰਚ ਗਈ ਰਾਜੇ ਨੇ ਕਿਹਾ ਜੋਵੀ ਉਹਨੇ ਜਿੰਨੇ ਦਿੱਤੇ ਨੇ ਪਰਚਾ ਦੇ ਜਾ ਕੇ ਉਹਦੇ ਸਰੀਰ ਤੋਂ ਹੱਥ ਅਲੱਗ ਕਰਦ ਸੈਨਿਕ ਗਏ ਹੱਥ ਅਲੱਗ ਕਰ ਤੇ ਉਹ ਬੀਬੀ ਉੱਥੇ ਬੈਠੀ ਹਾਲ ਦੁਆਈਆਂ ਪਾਉਂਦੀ ਰਹੀ ਜਦੋਂ ਹੱਥ ਅਲੱਗ ਕਰ ਦਿੱਤੇ ਕੁਝ ਸਮਾਂ ਲੰਘਿਆ ਤੇ ਉਹ ਰਾਜੇ ਨੇ ਐਲਾਨ ਕੀਤਾ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਪਰ ਜੋ ਸਭ ਤੋਂ ਸੋਹਣੀ ਹੋਏਗੀ ਉਹਦਾ ਵਿਆਹ ਉਹਦੇ ਨਾਲ ਵਿਆਹ ਕਰਨਾ ਹੈ ਉਹ ਰਾਜੇ ਦੀ ਜਿਹੜੀ ਮਾਂ ਸੀ ਨਾ ਉਹ ਭਵਿੱਖ ਦੀ ਬੜੀ ਸਾਰੀ ਜਾਣਕਾਰੀ ਹੈਪ ਕਹਿ ਲੋ ਵੀ ਉਹ ਨਾ ਕੁਝ ਚੀਜ਼ਾਂ ਘਰ ਬੈਠੇ ਹੀ ਦੇਖ ਸਕਦੀ ਸੀ ਉਹ ਆਪਣੀ ਮਾਂ ਕੋਲ ਗਿਆ ਕਿ ਮਾਂ ਮੈਂ ਨਾ ਜੋ ਸਭ ਤੋਂ ਸੁਣਿਆ ਉਹ ਨਾਲ ਵਿਆਹ ਕਰਾਉਣਾ ਚਾਹੁੰਦਾ ਉਹਦੀ ਮਾਂ ਨੇ ਜਦੋਂ ਅੱਖਾਂ ਬੰਦ ਕੀਤੀਆਂ ਤੇ ਉਹਦੀ ਮਾਂ ਨੇ ਉਹਨੂੰ ਦੱਸਤਾ ਵੀ ਆਪਣੇ ਨਗਰ ਤੋਂ ਬਾਹਰ ਇੱਕ ਉਹ ਨਾ ਬੜੀ ਛੰਨ ਜੀ ਬਣਾ ਕੇ ਉਹ ਰਹਿੰਦੀ ਹੈ ਤੇ ਉਹ ਸਭ ਤੋਂ ਸੋਹਣੀ ਹੈ ਪਰ ਇੱਕ ਗੱਲ ਉਹਦੇ ਹੱਥ ਨਹੀਂ ਹੈਗੇ ਕਿੰਦਾ ਕੋਈ ਨਾ ਮੈਂ ਉਹਦੇ ਨਾਲ ਵਿਆਹ ਕਰਾ ਲੈਣਾ ਉਹਨੂੰ ਬੁਲਾਇਆ ਗਿਆ ਇਹ ਉਹੀ ਬੀਬੀ ਸੀ ਜਿਸ ਤੇ ਨੇ ਹੱਥ ਕਲਮ ਕੀਤੇ ਸੀ ਉਸਦੇ ਨਾਲ ਵਿਆਹ ਕਰ ਦਿੱਤਾ ਗਿਆ ਹੁਣ ਬਹੁਤ ਜਿਆਦੀ ਸੋਹਣੀ ਸੀ ਜਿਸ ਕਾਰਨ ਰਾਜੇ ਦੀਆਂ ਜਿਹੜੀਆਂ ਪਹਿਲੀਆਂ ਰਾਣੀਆਂ ਸਨ ਨਾ ਉਹ ਉਹਦੇ ਨਾਲ ਗिला शिकਵਾ ਕਰਦੀਆਂ ਸਨ ਵੀ ਇਹ ਬਹੁਤ ਜਿਆਦੀ ਸੋਹਣੀ ਜਦੋਂ ਰਾਜਾ ਕਿਸੇ ਦੂਸਰੇ ਦੇਸ਼ ਤੇ ਵਿੱਚ ਯੁੱਧ ਲੱਗ ਗਿਆ ਤੇ ਉੱਥੇ ਚਲਾ ਗਿਆ ਉਹਨਾਂ ਦੂਸਰੀਆਂ ਰਾਣੀਆਂ ਨੇ ਇੱਕ ਚਿੱਠੀ ਲੈ ਕੇ ਰਾਜੇ ਨੂੰ ਇੱਕ ਦਸਤਾ ਉਸ ਸਮੇਂ ਉਹ ਜਿਹੜੀ ਉਹਦੀ ਸੋਹਣੀ ਰਾਣੀ ਸੀ ਉਹਦੇ ਕਰਕੇ ਪੁੱਤ ਦੀ ਦਾਤ ਪ੍ਰਾਪਤ ਹੋਈ ਉਦੀ ਪੁੱਤ ਦੀ ਦਾਤ ਪ੍ਰਾਪਤ ਹੋਈ ਤੇ ਉਹਨਾਂ ਨੇ ਲਿਖ ਦਿੱਤਾ ਕਿ ਤੇਰੀ ਰਾਣੀ ਨੇ ਤੇਰੇ ਨਾਲ ਦਗਾ ਕੀਤਾ ਹੈ ਤੇ ਦੇਖ ਉਹਦੇ ਕੋਲ ਪੁੱਤਰ ਦੀ ਦਾਤ ਹੋਈਏ ਰਾਜੇ ਨੇ ਬਿਨਾਂ ਸੋਚਿਆ ਸਮਝਿਆ ਉੱਥੇ ਚਿੱਠੀ ਲਿਖ ਦਿੱਤੀ ਜਿਸ ਵਿੱਚ ਲਿਖਿਆ ਕਿ ਉਹ ਇੱਕ ਚੁੰਨੀ ਲਵੋ ਇੱਕ ਕੱਪੜਾ ਲਵੋ ਤੇ ਉਹਦੇ ਵਿੱਚ ਉਹਦਾ ਪੁੱਤ ਨੂੰ ਬੰਨੋ ਤੇ ਉਹਨਾਂ ਦੋਨਾਂ ਨੂੰ ਇਸ ਨਗਰ ਤੋਂ ਦੇਸ਼ ਨਿਕਾਲਾ ਦੇਦੋ ਚਿੱਠੀ ਆਈ ਸੈਨਿਕਾ ਨੇ ਉਵੇਂ ਕਪੜਾ ਗਲ ਨਾਲ ਪੰਨਿਆ ਤੇ ਉਹਦੇ ਵਿੱਚ ਉਹਦਾ ਪੁੱਤ ਪਾ ਕੇ ਦੇਸ਼ ਨਿਕਾਲਾ ਦਿੱਤਾ ਹੁਣ ਬੜੀ ਦੂਰ ਤੁਰਦੀ ਗਈ ਤੁਰਦੀ ਗਈ ਜਦ ਤੁਰਦੀ ਗਈ ਤੇ ਪਿਆਸ ਲੱਗੀ ਸਾਹਮਣੇ ਦਾ ਇੱਕ ਦਰਿਆ ਸੀ ਪਾਣੀ ਪੀਣ ਲੱਗੀ ਜਦੋਂ ਪਾਣੀ ਪੀਣ ਲੱਗੀ ਤੇ ਉਹਦਾ ਜਿਹੜਾ ਪੁੱਤ ਸੀ ਉਹ ਵਿੱਚ ਡੁੱਬ ਗਿਆ ਪੁੱਤ ਵਿੱਚ ਡੁੱਬ ਗਿਆ ਤੇ ਵੇਖਦੇ ਵੇਖਦਿਆਂ ਅੱਖਾਂ ਤੋਂ ਔਜਲ ਹੋ ਗਿਆ ਉੱਥੇ ਬੈਠ ਕੇ ਉਹ ਬੜੀ ਜ਼ੋਰ-ਜ਼ੋਰ ਕੀ ਰੋਣ ਲੱਗੀ ਉੱਥੇ ਜਦੋਂ ਰੋਂਦੀ ਸੀ ਤੇ ਇੱਕ ਇੱਕੋ ਦਮ ਪਿੱਛੇ ਨਾ ਦੋ ਚਿੱਟੇ ਕੱਪੜੇ ਪਾ ਕੇ ਕੋਈ ਸੰਤ ਜੀ ਆਉਂਦੇ ਉਕੇਂਦੀ ਵੀ ਉਹਨੂੰ ਰੋਂਦੇ ਦੇ ਮੋਢੇ ਤੇ ਹੱਥ ਰੱਖਦੇ ਨੇ ਵੀ ਤੂੰ ਕਿਉਂ ਰੋਂਦੀ ਹੈ ਅਗੋ ਕਹਿੰਦੀ ਵੀ ਮੇਰੇ ਹੱਥ ਨਹੀਂ ਮੈਂ ਪਾਣੀ ਪੀਣ ਲਈ ਥੱਲੇ ਹੋਈ ਮੇਰਾ ਪੁੱਤ ਜਿਹੜਾ ਸੀ ਉਹ ਵਿੱਚ ਡੁੱਬ ਗਿਆ ਜਿਸ ਕਰ ਮੈਂ ਰੋਂਦੀ ਕਰ ਲਉਂਦੀ ਉਹਨਾਂ ਵਿੱਚ ਇੱਕੋਦਮ ਹੱਥ ਫੇਰਦੇ ਤੇ ਉਹਦੇ ਪੁੱਤ ਨੂੰ ਬਾਹਰ ਕੱਢਦੇ ਕਹਿੰਦੇ ਇਹ ਹੀ ਤੇਰਾ ਪੁੱਤ ਹੈ ਉਹਨੇ ਆਹ ਕਹਾ ਇਹ ਹੀ ਮੇਰਾ ਪੁੱਤ ਹੈ ਉਹ ਬੜੀ ਨੂੰ ਪਾ ਕੇ ਤੇ ਝੌਲੀ ਚ ਲੈ ਕੇ ਬੜੀ ਖੁਸ਼ ਹੋਈ ਫਿਰ ਕਹਿੰਦੇ ਵੀ ਤੈਨੂੰ ਆਪਣੀ ਮਾਂ ਚਾਹੀਦੀ ਹੈ ਕਹਿੰਦੀ ਬਾਹ ਕਿਉਂ ਨਹੀਂ ਚਾਹੀਦੀ ਇੰਨੇ ਮੋ ਥਾਜੀ ਦੀ ਜ਼ਿੰਦਗੀ ਬਤੀਤ ਕਰਦੀ ਪੀਆ ਬਾਹਾਂ ਤਾਂ ਚਾਹੀਦੀਆਂ ਨੇ ਉਹਨਾਂ ਹੱਥ ਲਾਇਆ ਬਾਹਾਂ ਆ ਗਏ ਉਹ ਕਹਿੰਦੇ ਪਿੱ ਤੇਨੂੰ ਤੇਰਾ ਪੁੱਤ ਵੀ ਮਿਲ ਗਿਆ ਤੇਰੀਆਂ ਬਾਹਾਂ ਮਿਲ ਗਿਆ ਨਹੀਂ ਤੂੰ ਪੁੱਛਣਾ ਨਹੀਂ ਚਾਹੇਂਗੀ ਅਸੀਂ ਕੌਣ ਕਹਿੰਦੀ ਹਾਂਜੀ ਦੱਸੋ ਤੁਸੀਂ ਕੌਣ ਕਹਿੰਦੇ ਅਸੀਂ ਉਹ ਤੇਰੀਆਂ ਉਹੀ ਚਾਰ ਰੋਟੀਆਂ ਵਾਂ ਜੋ ਤੂੰ ਸੰਤ ਫਕੀਰ ਨੂੰ ਦਿੱਤੀਆਂ ਸਨ ਤੇ ਉਹਦਾ ਬਦਲਾ ਹੀ ਤੈਨੂੰ ਅੱਜ ਮਿਲਿਆ ਤੂੰ ਜਾ ਤੂੰ ਜਿੱਥੇ ਵੀ ਰਹੇਂਗੀ ਉੱਥੇ ਤੇਰਾ ਰਾਜਪਾਟ ਆਪੇ ਕਾਇਮ ਹੋ ਜਾਏਗਾ ਤੈਨੂੰ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਮਿਲੇਗੀ ਜੋ ਦੂਸਰਿਆਂ ਦਾ ਢਿੱਡ ਪਰਦਾ ਉਹਦੀ ਜ਼ਿੰਦਗੀ ਹਮੇਸ਼ਾ ਸਵਰਗ ਬਣੀ ਰਹਿੰਦੀ ਉਹ ਰੋਟੀਆਂ ਦੀ ਕਰਾਮਾਤ ਤੇਰੇ ਨਾਲ ਹਮੇਸ਼ਾ ਰਹੇਗੀ ਤੇ ਤੇਰੇ ਪੁੱਤ ਤੇ ਵੀ ਉਹ ਟਾਸਰਾ ਬਨਾਇਆ ਰੱਖੇਗੀ ਇਸ ਲਈ ਕਿਹਾ ਜਾਂਦਾ ਹੈ ਜੋ ਦੂਸਰਿਆਂ ਨੂੰ ਦਿੰਦਾ ਹੈ ਪ੍ਰਭੂ ਉਹਨੂੰ ਆਪ ਉਹ ਪਰਮਾਤਮਾ ਨੂੰ ਆਪ ਦਿੰਦਾ ਉਹਦੇ ਸਾਰੇ ਕਾਰਜ ਆਪ ਸਵਾਰ ਤੇ ਉਹਦੇ ਪਰਦੇ ਵੀ ਟੱਕਦਾ